ਜੀਸੀਆਈ ਲੁਧਿਆਣਾ ਵਿਜ਼ਨੋ ਵੱਲੋਂ ਸਿਕਿਨ ਇੰਸਟਾਲੇਸ਼ਨ ਸੈਰਾਮਨੀ ਹੋਟਲ T5 ਫਿਰੋਜ਼ਪੁਰ ਰੋਡ ਵਿਖੇ ਕਰਵਾਈ ਗਈ, ਜਿਸ ਵਿੱਚ ਜੀਸੀਆਈ ਵੱਲੋਂ ਸਰਦਾਰ ਜਗਦੀਪ ਸਿੰਘ ਨੂੰ ਨਵੇਂ ਪ੍ਰਧਾਨ ਵਜੋਂ ਚੁਣਿਆ ਗਿਆ। ਇਸ ਸੈਰਾਮਨੀ 'ਚ ਜੀਸੀ ਡਾਕਟਰ ਰਾਜੀਵ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜੀਸੀਆਈ ਵੱਲੋਂ ਲੋਕਾਂ ਦੀ ਭਲਾਈ ਲਈ ਸਮੇਂ ਸਮੇਂ ਤੇ ਬਲੱਡ ਡੋਨੇਸ਼ਨ ਕੈਂਪ, ਟ੍ਰੀਜ਼ ਪਲਾਂਟੇਸ਼ਨ ਅਤੇ ਸਿੱਖਿਆ ਦੇ ਖੇਤਰ 'ਚ ਵੱਧ ਚੜ੍ਹ ਕੇ ਕੰਮ ਕੀਤੇ ਜਾਂਦੇ ਹਨ। ਜੀਸੀਆਈ ਦੇ ਵੱਖ ਵੱਖ ਮੈਂਬਰਸ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਚਰਚਾ ਕੀਤੀ ਗਈ ਅਤੇ ਸਾਲ 2019 ਦੇ ਪ੍ਰੋਜੈਕਟਸ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਜੇਸੀ ਪੀਪੀ ਸਿੰਘ ਅਤੇ ਹੋਰਨਾਂ ਤੋਂ ਅਲਾਵਾ ਸਮਾਜ ਸੇਵੀ ਸਰਦਾਰ ਪਵਨਦੀਪ ਸਿੰਘ ਸਹਿਗਲ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ। ਜੂਨੀਅਰ ਚੈਂਬਰ ਇੰਟਰਨੈਸ਼ਨਲ 1915 ਤੋਂ ਸਥਾਪਿਤ ਹੋਈ ਜੀ ਤੇ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ। ਇਹਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਇਹ ਪਰਸਨੈਲਿਟੀ ਡਿਵੈਲਪਮੈਂਟ, ਇੰਡੀਵਿਜੁਅਲ ਡਿਵੈਲਪਮੈਂਟ ਤੇ ਫੋਕਸ ਕਰਦੀ ਹੈ ਤੇ ਨਾਲ ਦੀ ਨਾਲ ਕਮਿਊਨਿਟੀ ਡਿਵੈਲਪਮੈਂਟ ਤੇ ਵੀ ਬਹੁਤ ਫੋਕਸ ਕਰਦੀ ਹੈ। ਕਹਿੰਦੀ ਆਪ ਵਧੋ ਤੇ ਆਲੇ ਦੁਆਲੇ ਸਾਰਿਆਂ ਨੂੰ ਵਧਾਓ। ਇਹਦਾ ਮੇਨ ਮੁੱਦਾ ਇਹ ਹੈ ਕਿ ਸਾਰੇ ਚੰਗੇ ਸ਼ਹਿਰੀ ਬਣੋ, ਚੰਗੇ ਨਾਗਰਿਕ ਬਣੋ, ਚੰਗੇ ਲੀਡਰ ਬਣੋ ਤੇ ਦੇਸ਼ ਨੂੰ ਜਿਹੜਾ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਓ ਤੇ ਜਿਹੜੀ ਆਪਣੀ ਸਭਿਅਤਾ ਉਹਨੂੰ ਵੀ ਜਿਹੜਾ ਉਹ ਚੰਗੀਆਂ ਬੁਲੰਦੀਆਂ ਤੇ ਚੰਗੀ ਸੋਚ ਦੇ ਨਾਲ, ਚੰਗੀ ਸੋਚ ਦੇ ਬਾਨੀ ਹੋ ਕੇ ਸਾਰੇ ਜਣੇ ਉੱਤੇ ਲੈ ਕੇ ਜਾਓ। ਹਿੰਦੁਸਤਾਨ ਦੇ ਵਿੱਚ ਤਕਰੀਬਨ 40,000 ਮੈਂਬਰ ਨੇ ਜੀ, ਇੰਟਰਨੈਸ਼ਨਲ ਪੱਧਰ ਦੇ ਉੱਤੇ ਤਕਰੀਬਨ 4,00,000 ਮੈਂਬਰ ਨੇ। ਲੁਧਿਆਣਾ ਦੇ ਲਈ ਟ੍ਰੀ ਪਲਾਂਟੇਸ਼ਨ, ਬਲੱਡ ਡੋਨੇਸ਼ਨ, ਨੀਡ ਬਲੱਡ ਕਾਲ ਜੇਸੀ, ਬੜਾ ਜ਼ਬਰਦਸਤ ਸਾਡਾ ਨਾਰਾ। ਜਦੋਂ ਕਿਸੇ ਨੂੰ ਬਲੱਡ ਦੀ ਲੋੜ ਹੁੰਦੀ ਹੈ ਤਾਂ ਜੇਸੀ ਦੇ ਕਿਸੇ ਮੈਂਬਰ ਨੂੰ ਵੀ ਕਰਕੇ ਸਾਡੇ ਲੁਧਿਆਣੇ, ਲੁਧਿਆਣੇ ਦੇ ਵਿੱਚ ਤਕਰੀਬਨ 200 ਤੋਂ ਵੱਧ ਮੈਂਬਰ ਨੇ ਜੇਸੀ ਦੇ ਅਤੇ ਉਹਨਾਂ ਦੀਆਂ ਜੇ ਪਰਿਵਾਰ, ਫੈਮਿਲੀਜ਼, ਬੱਚੇ ਲਾ ਲਈਏ ਤਾਂ ਤਕਰੀਬਨ 500 ਦੀ ਫਿਗਰ ਪਹੁੰਚ ਜਾਂਦੀ ਹੈ। ਜੇਸੀ ਵਾਲੇ ਸਾਡੇ ਮੈਂਬਰ ਬਗੈਰ ਕਿਸੇ ਲਾਲਚ ਤੋਂ ਸਿਰਫ ਹੈਲਪ ਕਰਨ ਦੇ ਹਿਸਾਬ ਨਾਲ ਜਿਹੜਾ ਉਹ ਬਲੱਡ ਡੋਨੇਸ਼ਨ ਲਈ ਜਾਂਦੇ, ਟ੍ਰੀ ਪਲਾਂਟੇਸ਼ਨ ਅਤੇ ਇਸ ਤਰ੍ਹਾਂ ਦੇ ਹੋਰ ਆਈ ਚੈੱਕਅਪ ਕੈਂਪ, ਆਈ ਜਿਹੜੇ ਟਰਾਂਸਪਲਾਂਟ, ਇੰਟਰਾਓਕੂਲਰ ਲੈਂਸ ਟਰਾਂਸਪਲਾਂਟੇਸ਼ਨ, ਕਮਿਊਨਿਟੀ ਡਿਵੈਲਪਮੈਂਟ ਦੇ ਬੜੇ ਪ੍ਰੋਗਰਾਮ ਕਰਦੇ। ਜਿਹੜਾ ਸਾਡਾ ਜੇਸੀਆਈ ਲੁਧਿਆਣਾ ਵਿਜ਼ਨੋ ਹੈ, ਇਹ ਸਾਡੀ ਅੱਜ ਦੂਸਰੀ ਸੈਰਾਮਨੀ ਇੰਸਟਾਲੇਸ਼ਨ ਸੀਗੀ ਜਿਹਦੇ 'ਚ ਸਾਡਾ ਇੱਕ ਹਰ ਸਾਲ ਨਵਾਂ ਪ੍ਰਧਾਨ ਚੁਣਿਆ ਜਾਂਦਾ। ਔਰ ਅਸੀਂ 2018 ਦੇ ਵਿੱਚ ਬਹੁਤ ਹੀ ਸਰਵਿਸ ਪ੍ਰੋਜੈਕਟ ਕੀਤੇ ਨੇ ਜਿਹਦੇ ਵਿੱਚ ਅਸੀਂ ਬਲੱਡ ਡੋਨੇਸ਼ਨ ਕੀਤਾ, ਟ੍ਰੀ ਪਲਾਂਟੇਸ਼ਨਸ ਕੀਤੀਆਂ, ਅਸੀਂ ਸਕੂਲਾਂ ਦੇ ਵਿੱਚ ਪ੍ਰੋਜੈਕਟ ਕੀਤੇ। ਤਾਂ ਇਸ ਸਾਲ 2019 ਦਾ ਸਾਡਾ ਮੇਨ ਲੁਧਿਆਣੇ ਦਾ ਵਿੱਚ ਅਸੀਂ ਇੱਕ ਬਹੁਤ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਅਸੀਂ ਨੀਅਰ ਅਬਾਊਟ 50 ਸਕੂਲਾਂ ਦੇ ਟੋਪਰਸ ਨੂੰ ਅਸੀਂ ਓਨਰ ਕਰਨਾ ਹੈਗਾ। ਇਹ ਸਾਡਾ 2019 ਦਾ ਮੇਨ ਡ੍ਰੀਮ ਪ੍ਰੋਜੈਕਟ ਹੈ ਜਿਹਦੇ 'ਚ 50 ਸਕੂਲਾਂ ਦੇ ਹਰ ਕਲਾਸ ਦੇ ਇੱਕ ਇੱਕ ਟੋਪਰ ਨੂੰ ਨਾਲ ਲੈ ਕੇ ਅਸੀਂ ਉਹਨਾਂ ਨੂੰ ਬੜੇ ਅੱਛੇ ਨਾਲ, ਉਹਨਾਂ ਦੇ ਪੇਰੈਂਟਸ ਨੂੰ ਨਾਲ ਲੈ ਕੇ, ਔਰ ਅਸੀਂ ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ਦੇ ਵਿੱਚ, ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਨਹੀਂ ਹੁੰਦਾ ਜਿਹਦੇ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੀ ਟੋਪਰ ਨੂੰ ਅਵਾਰਡ ਦਿੱਤਾ ਜਾਏ। ਔਰ ਅਸੀਂ ਕਈ ਸਕੂਲਾਂ 'ਚ ਜਾ ਕੇ ਕੰਪੀਟੀਸ਼ਨ ਕਰਵਾ ਕੇ ਇਸ ਚੀਜ਼ ਨੂੰ ਫੀਲ ਕੀਤਾ ਆ ਕਿ ਸਰਕਾਰੀ ਸਕੂਲਾਂ 'ਚ ਵੀ ਸਾਡੇ ਬਹੁਤ ਹੀ ਸਕਿੱਲ ਵਾਲੇ ਬੱਚੇ ਹੈਗੇ ਆ, ਬੜੇ ਬੱਚੇ ਅੱਛੇ ਆ। ਅਗਰ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਮੌਕਾ ਦਿੱਤਾ ਜਾਵੇ ਤਾਂ ਉਹ ਬੱਚੇ ਬਹੁਤ ਅੱਛੇ ਹੋਰ ਡਿਵੈਲਪ ਹੋ ਸਕਦੇ ਆ। ਤਾਂ ਜੇਸੀਆਈ ਲੁਧਿਆਣਾ ਵਿਜ਼ਨੋ ਦਾ ਇਹ ਇਸ ਵਾਰ ਦਾ ਡ੍ਰੀਮ ਹੈਗਾ ਕਿ 2019 ਦੇ ਵਿੱਚ ਅਸੀਂ ਸਕੂਲਾਂ ਦੇ ਟੋਪਰਸ ਬੱਚਿਆਂ ਨੂੰ ਓਨਰ ਕਰੀਏ, ਔਰ ਉਹਨਾਂ ਦੇ ਪੇਰੈਂਟਸ ਨੂੰ ਕਰੀਏ, ਔਰ ਉਹ ਬੱਚੇ ਅੱਗੇ ਆ ਕੇ ਬਹੁਤ ਚੰਗੇ ਨਾਗਰਿਕ ਬਣਨ, ਔਰ ਸਾਡੇ ਸ਼ਹਿਰ ਲੁਧਿਆਣਾ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇ ਉਹਨਾਂ ਨੂੰ। ਦੇਖੋ ਜਿਹੜਾ ਚੇਂਜ ਹੈ ਲੋ ਹੈਗਾ ਨੇਚਰ ਦਾ, ਸੂਰਜ ਤੋਂ ਬਾਅਦ ਸ਼ਾਮ ਪੈਂਦੀ ਆ ਅਤੇ ਰਾਤ ਤੋਂ ਬਾਅਦ ਦਿਨ ਆਉਂਦਾ। ਇੱਦਾਂ ਹੀ ਜੇਸੀਆਈ ਦੇ ਵਿੱਚ ਕੋਈ ਵੀ ਪੋਰਟਫੋਲੀਓ ਜਿਹੜਾ ਹੈਗਾ ਉਹ ਇੱਕ ਸਾਲ ਦਾ ਹੁੰਦਾ। ਜਿਹੜਾ ਸਾਡਾ ਔਰਗਨਾਈਜੇਸ਼ਨ ਜੇਸੀਆਈ ਜੂਨੀਅਰ ਚੈਂਬਰ ਇੰਟਰਨੈਸ਼ਨਲ ਦਾ ਮੇਨ ਮੋਟਿਵ ਹੈਗਾ ਟੂ ਡਿਵੈਲਪ ਲੀਡਰ,
ਟੂ ਪ੍ਰੋਵਾਈਡ ਡਿਵੈਲਪਮੈਂਟ ਓਪਰਚੁਨਿਟੀਜ਼ ਦੈਟ ਇੰਪਾਵਰ ਯੰਗ ਪੀਪਲ ਟੂ ਕ੍ਰੀਏਟ ਪੋਜ਼ਿਟਿਵ ਚੇਂਜ। ਅਤੇ ਜਦੋਂ ਅਸੀਂ ਇੱਕ ਸਾਲ ਬਾਅਦ ਇੱਕ ਪ੍ਰਧਾਨ ਆਪਣਾ ਸਾਲ ਦੇ ਵਿੱਚ ਆਪਣੇ ਆਪ ਨੂੰ ਗਰੂਮ ਕਰਦਾ, ਡਿਵੈਲਪ ਕਰਦਾ, ਅਤੇ ਸਾਲ ਖਤਮ ਹੋਣ 'ਤੇ ਦੂਸਰੇ ਇੱਕ ਇੰਡੀਵਿਜੁਅਲ ਜਿਹੜਾ ਕਿ ਉਹਨੂੰ ਰੀਪਲੇਸ ਕਰਕੇ ਉਸ ਔਰਗਨਾਈਜੇਸ਼ਨ ਦੇ ਲੋਕਲ ਚੈਪਟਰ ਨੂੰ ਲੀਡ ਕਰ ਸਕਦਾ, ਉਹਨੂੰ ਡਿਵੈਲਪਮੈਂਟ ਓਪਰਚੁਨਿਟੀਜ਼ ਇਹ ਔਰਗਨਾਈਜੇਸ਼ਨ ਪ੍ਰਦਾਨ ਕਰਦੀ ਹੈ। ਤੋ ਇਸੇ ਤਰ੍ਹਾਂ ਜਗਦੀਪ ਸਿੰਘ ਜੀ ਅੱਜ ਸਾਡੇ 2019 ਲਈ JCI ਲੁਧਿਆਣਾ ਵਿਜ਼ਨੋ ਦੇ ਪ੍ਰੈਜ਼ੀਡੈਂਟ ਚੁਣੇ ਗਏ ਨੇ ਅਤੇ ਉਹ ਅਗਲੇ ਸਾਲ ਇਸ ਚੈਪਟਰ ਨੂੰ ਲੀਡ ਕਰਨਗੇ। ਅਤੇ ਮੈਂ ਮੁਬਾਰਕਬਾਦ ਦਿੰਦਾ ਨਾਲ ਹੀ PP ਸਿੰਘ ਜੀ ਅਤੇ ਜਗਦੀਪ ਜੀ ਨੂੰ ਕਿ ਇਸ ਚੈਪਟਰ ਦੇ ਝੰਡੇ ਨੂੰ ਹੋਰ ਇਸ ਸ਼ਹਿਰ ਦੇ ਵਿੱਚ ਬੁਲੰਦ ਕਰੀਏ ਅਤੇ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਅਗਰ ਕੋਈ ਸੋਸ਼ਲ ਹੈਲਪ ਕਰ ਸਕਦੇ ਹਾਂ ਸੋਸਾਇਟੀ ਦੀ ਅਤੇ ਸੋਸ਼ਲ ਅਸੀਂ ਕੌਜ਼ ਲਈ ਕੰਮ ਕਰ ਸਕਦੇ ਹਾਂ, ਇਹ ਸਾਡਾ ਬਹੁਤ ਵੱਡਾ ਇੱਕ ਗੁੱਡ ਲੱਕ ਹੋਊ। ਅੱਜ ਦੀ ਮੀਟਿੰਗ JCI ਲੁਧਿਆਣਾ ਵਿਜ਼ਨੋ ਦੀ ਸੈਕਿੰਡ ਇੰਸਟਾਲੇਸ਼ਨ ਸੈਰੇਮਨੀ ਸੀ। ਇਸ ਦੇ ਵਿੱਚ ਨਵੇਂ ਪ੍ਰਧਾਨ ਜਗਦੀਪ ਸਿੰਘ ਜੀ ਨੂੰ ਚੁਣਿਆ ਗਿਆ ਅਤੇ ਪੁਰਾਣੇ ਪ੍ਰਧਾਨ PP ਸਿੰਘ ਜੀ ਨੇ ਆਪਦੇ ਜੋ ਪੂਰੇ ਸਾਲ ਦੇ ਵਿੱਚ ਕਾਰਜਕਾਰੀ ਕੰਮ ਕੀਤੇ ਉਹ ਸਾਰਿਆਂ ਦੇ ਡਿਟੇਲ ਦੇ ਵਿੱਚ ਦੱਸਿਆ। ਉਹਨਾਂ ਨੇ ਸੋਸ਼ਲ ਪ੍ਰੋਜੈਕਟਸ ਦੇ ਵਿੱਚ ਟ੍ਰੀ ਪਲਾਂਟੇਸ਼ਨ, ਬਲੱਡ ਡੋਨੇਸ਼ਨ ਕੈਂਪਸ ਔਰ ਬਹੁਤ ਸਾਰੇ ਟ੍ਰੇਨਿੰਗ ਪ੍ਰੋਗਰਾਮਸ ਜਿਹਦੇ ਵਿੱਚੋਂ ਕਿ ਮਾਲਾਮਾਲ ਦੇ ਵਿੱਚ 13 ਐਂਟਰੀਆਂ ਅਤੇ ਟੈਕਸਲਾ ਦੇ ਵਿੱਚ ਪਾਰਟੀਸਪੇਸ਼ਨ ਵਗੈਰਾ ਬਾਰੇ ਦੱਸਿਆ ਅਤੇ ਉਹਨਾਂ ਵੱਲੋਂ ਬਹੁਤ ਹੀ ਵਧੀਆ ਪ੍ਰੋਜੈਕਟ ਕੀਤੇ ਗਏ। ਬਿਊਰੋ ਰਿਪੋਰਟ, ਲੁਧਿਆਣਾ ਵਿਊ।